ਪੰਜਾਬੀ ਯੂਨੀਵਰਸਿਟੀ ਪਟਿਆਲਾ ਕੰਟਰੋਲਰ ਪ੍ਰੀਖਿਆਵਾਂ ਦੇ ਵੱਲੋਂ ਨੋਟਿਸ ਹੈ ਸਮੂਹ ਵਿਭਾਗ ਦੇ ਮੁਖੀ ਸਹਿਬਾਨ ਸਮੂਹ ਕੌਨਸਟਿਟੈਂਟ ਕਾਲਜ ਕਾਲਜ ਦੇ ਪ੍ਰਿੰਸੀਪਲਜ਼ ਇਨਚਾਰਜ ਕੋਆਰਡੀਨੇਟਰ ਸਹਿਬਾਨ ਨੂੰ ਤੇ ਸਟੂਡੈਂਟਸ ਲਈ ਵੀ ਨੋਟਿਸ ਹੈ ਕਿ ਲਾਸਟ ਡੇਟ ਕਿਹੜੀਆਂ ਹਨ ਤੇ ਲੇਟ ਫੀਸ ਨਾਲ ਲਾਸਟ ਡੇਟ ਕੀ ਬੰਦੀਆਂ ਹਨ ਸੈਸ਼ਨ ਮਈ 2024 ਦੀਆਂ ਸਮੈਸਟਰ ਪ੍ਰੀਖਿਆਵਾਂ ਦੇ ਸਾਰੇ ਕੋਰਸ ਦੇ ਰੈਗੂਲਰ ਨੰਬਰ 1 ਪ੍ਰਾਈਵੇਟ ਨੰਬਰ 2 ਡਿਸਟੈਂਸ এডਿਕੇਸ਼ਨ ਨੰਬਰ 3 ਬੀਐਡ ਐਡੀਸ਼ਨਲ 4 ਆ ਰੀਅਪੀਅਰ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸ ਭਰਵਾਨ ਲਈ ਹੇਠ ਲਿਖੇ ਅਨੁਸਾਰ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ ਪਹਿਲੇ ਕ੍ਰਮ ਤੇ ਸਭ ਤੋਂ ਪਹਿਲਾ ਹੈ 15 2 2024 15 ਫਰਵਰੀ 2024 ਤੋਂ ਲੈ ਕੇ 29 ਫਰਵਰੀ 2024 ਤੱਕ ਬਿਨਾਂ ਲੇਟ ਫੀਸ तो फीस भरी जाएगी फॉर्म फिल क दूसरे नंबर पर लेट फीस एक हज़ार रुपया है जी के एक तीन दो हज़ार चौबी तो लैके इक्की तीन दो हज़ार चौबी तक है एक हज़ार रुपया लगेगी आ, फिर बई तीन दो हज़ार चौबी तो एक चार दो हज़ार चौबीस तक पच्ची सौ रुपया है नैक्सट फोर्थ नंबर पर है आ, दो 4 2024 ਤੋਂ 10 4 2024 ਅੱਗੇ-ਅੱਗੇ ਜਿਵੇਂ ਵਧੇ ਜਾਂਦੇ ਹਨ ਤਾਂ ਡੇਟ ਉਹਦਾ ਡਿਸਟੈਂਸ ਘਟਦਾ ਜਾ ਰਿਹਾ ਹੈ 10000 ਤੱਕ ਹੈ ਇੱਥੇ ਤੱਕ ਨਹੀਂ ਪਹੁੰਚਣਾ ਚਾਹੀਦਾ ਲਾਸਟ অপਸ਼ਨ ਹੈ 11 4 2024 ਤੋਂ 3 5 2024 20000 ਬਟ ਵਿਦ ਦੀ ਪਰਮਿਸ਼ਨ ਆਫ ਵਾਈਸ ਚਾਂਸਲਰ ਇਹ ਸਵਿਚ ਕੋਈ ਡਰਨ ਵਾਲੀ ਗੱਲ ਨਹੀਂ ਹੈ ਵਾਈਸ ਚਾਂਸਲਰ ਦੀ ਪਰਮਿਸ਼ਨ ਜਿੱਥੇ ਲਿਖੀ ਹੁੰਦੀ ਹੈ ਜਸਟ ਐਪਲੀਕੇਸ਼ਨ ਜਾਂ ਫਾਰਮ ਤੇ ਸਿਗਨੇਚਰ ਹੋਣੇ ਹੁੰਦੇ ਹਨ ਉਹ ਹੋ ਜਾਂਦੇ ਹਨ ਪਰ ਲੇਟ ਫਾਈਨ ਤੋਂ ਲੇਟ ਫੀਸ ਤੋਂ ਬਚਣ ਲਈ ਨੂੰ 29 ਦੂ 2024 ਤੱਕ ਆਪਣੇ ਫਾਰਮ ਫਿਲ ਕਰ ਦੇਣੇ ਚਾਹੀਦੇ ਹਨ ਲੇਟ ਫੀਸ ਤੋਂ ਬਚਣ ਲਈ ਮਿਤੀ 3 5 2024 ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ ਦੂਸਰਾ ਹੈ ਨੋਟਿਸ ਪਿੱਛੇ نیچے ਪੜਨਾ ਹੈ ਜਿਸ ਵਿਦਿਆਰਥੀ ਦਾ ਦਾਖਲਾ ਯੂਨੀਵਰਸਿਟੀ ਨਿਯਮਾਂ ਅਨੁਸਾਰ ਲੇਟ ਹੁੰਦਾ ਹੈ ਉਹ ਵਿਦਿਆਰਥੀ ਉਸ ਕੋਰਸ ਲਈ ਯੂਨੀਵਰਸਿਟੀ ਵੱਲੋਂ ਨਿਰਧਾਰਤ ਆਖਰੀ ਮਿਤੀ ਤੋਂ 10 ਦਿਨਾਂ ਵਿੱਚ ਪ੍ਰੀਖਿਆ ਫਾਰਮ ਬਗੈਰ ਲੇਟ ਫੀਸ ਨਾਲ ਜਮਾ ਕਰਵਾ ਸਕੇਗਾ ਇਸ ਤੋਂ ਬਾਅਦ ਉਸ ਵਕਤ ਦਾ ਲੇਟ ਫੀਸ ਦਾ ਚਲੰਤ ਸ਼ਡਿਊਲ ਜੋ ਹੈ ਉਹ ਲਾਗੂ ਹੋਵੇਗਾ ਸੋ ਇਹ ਲਾਸਟ ਡੇਟ ਤੇ ਪ੍ਰੀਖਿਆ ਦੇ ਜਿਹੜੇ ਫਾਰਮ ਫਿਲ ਕਰਨੇ ਆ ਉਸ ਸੰਬੰਧੀ ਨੋਟਿਸ ਸੀ ਥੈਂਕ ਯੂ ਡਾਕਟਰ ਪੀਰ ਸਿੰਘ ਲਰਨ ਟੂ ਐਕਚੁਅਲਾਈਜ਼